ਪੰਜਾਬ ਦੇ ਵਿੱਚ ਬਰਸਾਤਾਂ ਦਾ ਮੌਸਮ ਹੈਗਾ ਅਤੇ ਬਰਸਾਤਾਂ ਹੀ ਮੌਸਮ ਕਰਕੇ ਮੱਛਰ ਮਲੇਰੀਆ ਬਹੁਤ ਜ਼ਿਆਦਾ ਹੋ ਰਿਹਾ। ਕਈ ਜਗ੍ਹਾ ਦੇ ਉੱਪਰ ਪਾਣੀ ਖੜ੍ਹਦਾ ਵਾ ਅਤੇ ਪਾਣੀ ਖੜ੍ਹਨ ਕਰਕੇ ਮੱਛਰ ਮਲੇਰੀਆ ਬਹੁਤ ਆ, ਜਿਹਦੇ ਕਰਕੇ ਲੋਕ ਬਹੁਤ ਬਿਮਾਰ ਹੋ ਰਹੇ ਨੇ। ਹੁਣ ਕਿਉਂਕਿ ਬਰਸਾਤੀ ਮੌਸਮ ਆ ਗਿਆ ਅਤੇ 3 ਕੁ ਮਹੀਨੇ ਦੀ ਲੋੜ ਆ। ਡੇਂਗੂ ਮਲੇਰੀਆ ਪਿਛਲੇ ਸਾਲ ਮੈਨੂੰ ਵੀ ਚਿਕਨ ਗੁੜੀਆਂ ਹੋ ਗਿਆ ਸੀਗਾ ਜੀ, ਅਤੇ ਉਹ ਅਜੇ ਤੱਕ ਜਿਹੜੀਆਂ ਉਹ ਦਰਦਾਂ ਸਰੀਰਾਂ 'ਚ ਜਾਂਦੀਆਂ ਨੇ, ਅਤੇ ਇਹ ਤਾਂ ਬਹੁਤ ਵੱਡਾ ਉਪਰਾਲਾ ਜੀ। ਪੰਜਾਬ ਦੇ ਵਿੱਚ ਬਰਸਾਤਾਂ ਦਾ ਮੌਸਮ ਹੈਗਾ ਅਤੇ ਬਰਸਾਤਾਂ ਹੀ ਮੌਸਮ ਕਰਕੇ ਮੱਛਰ ਮਲੇਰੀਆ ਬਹੁਤ ਜ਼ਿਆਦਾ ਹੋ ਰਿਹਾ। ਸਤਿ ਸ਼੍ਰੀ ਅਕਾਲ, ਸ਼੍ਰੀ ਹਰਿਮੰਦਰ ਸਾਹਿਬ ਦੀ ਗੱਲ ਕੀਤੀ ਜਾਵੇ, ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਮੱਥਾ ਟੇਕਣ ਵਾਸਤੇ ਪਹੁੰਚੇ, ਸਰਬ ਦੇ ਭਲੇ ਵਾਸਤੇ ਅਰਦਾਸਾਂ ਵਾਸਤੇ ਪਹੁੰਚੇ, ਪਰ ਉੱਥੇ ਹੀ ਅੱਜ ਸੰਸਥਾ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ, ਧੂੰਏ ਵਾਲਾ ਮਸ਼ੀਨ। ਦੇਖ ਸਕਦੇ ਹੋ ਕਿ ਧੂੰਏ ਵਾਲਾ ਜਿਹੜੀ ਮਸ਼ੀਨ ਆ ਗੁਰੂ ਘਰ ਤੋਂ ਇਸਦੀ ਸ਼ੁਰੂਆਤ ਕੀਤੀ ਗਈ ਆ। ਇਹ ਤਸਵੀਰਾਂ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਜਿੱਥੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਦੀ ਸੇਫਟੀ ਵਾਸਤੇ ਇਸ ਤੋਂ ਤਸਵੀਰਾਂ, ਕਿਉਂਕਿ ਮੱਛਰ ਮਲੇਰੀਆ ਬਹੁਤ ਹੈਗਾ ਉਹਨੂੰ ਵੇਖਦਾ ਹੋਇਆ ਇਹ ਉਪਰਾਲਾ ਜਿਹੜਾ ਕੀਤਾ ਗਿਆ ਵਾ। ਅਤੇ ਇਹ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਕਿਉਂ, ਇਸ ਕਰਕੇ ਕਿਉਂਕਿ ਕਈ ਜਗ੍ਹਾ ਦੇ ਉੱਪਰ ਪਾਣੀ ਖੜ੍ਹਦਾ ਵਾ ਅਤੇ ਪਾਣੀ ਖੜ੍ਹਨ ਕਰਕੇ ਮੱਛਰ ਮਲੇਰੀਆ ਬਹੁਤ ਆ, ਜਿਹਦੇ ਕਰਕੇ ਲੋਕ ਬਹੁਤ ਬਿਮਾਰ ਹੋ ਰਹੇ ਨੇ। ਪਰ ਇਸ ਸੰਸਥਾ ਦੇ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਵਾ, ਚਾਰੇ ਪਾਸੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿੰਨੇ ਬਾਜ਼ਾਰ ਨੇ, ਜਿੰਨੀਆਂ ਦੁਕਾਨਾਂ ਨੇ, ਉੱਥੇ ਇਹ ਸਪਰੇਅ ਜਿਹੜੀ ਕੀਤੀ ਜਾ ਰਹੀ ਆ, ਕਿਉਂਕਿ ਇਹ ਬੜਾ ਸ਼ਲਾਘਾਯੋਗ ਕੰਮ ਹੈਗਾ ਵਾ, ਕਿਉਂਕਿ ਜਿੱਥੇ ਲੋਕਾਂ ਦੀ ਸੇਫਟੀ ਵਾਸਤੇ ਇਹ ਸਭ ਜਿਹੜਾ ਮੱਛਰ ਮਲੇਰੀਆ ਤੋਂ ਬਚਾਉਣ ਵਾਸਤੇ ਇਹ ਸੰਸਥਾ ਦੇ ਵੱਲੋਂ ਉਪਰਾਲਾ ਜਿਹੜਾ ਕੀਤਾ ਜਾ ਰਿਹਾ। ਅਤੇ ਸਭ ਤੋਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸੇ ਰਸਤੇ ਥਾਣੀ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਦੇ ਨੇ, ਅਤੇ ਇੱਥੇ ਮੱਛਰ ਮਲੇਰੀਆ ਮੱਖੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ, ਉਹਨਾਂ ਕਰਕੇ ਇਹ ਜਿਹੜੀ ਸਪਰੇਅ ਜਿਹੜੀ ਅੱਜ ਕੀਤੀ ਜਾ ਰਹੀ ਆ। ਕਹਿ ਸਕਦੇ ਹੋ ਕਿ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਹੈਗਾ ਵਾ, ਜਿਹੜਾ ਕਿ ਇਸ ਸੰਸਥਾ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ, ਜਿੱਥੇ IGPC ਦੇ ਵੱਲੋਂ ਵੀ ਵੱਖਰੇ ਵੱਖਰੇ ਉਪਰਾਲੇ ਜਿਹੜੇ ਕੀਤੇ ਜਾਂਦੇ ਨੇ ਸੰਗਤ ਵਾਸਤੇ, ਉੱਥੇ ਇੱਕ ਸੰਸਥਾ ਦੇ ਵੱਲੋਂ ਮੱਛਰ ਦੀ ਜਿਹੜੀ ਆ ਮੱਛਰ ਮਾਰਨ ਵਾਲੀ ਇੱਕ ਮਸ਼ੀਨ ਜਾਂ ਜਿਹੜਾ ਪ੍ਰਯੋਗ ਜਿਹੜਾ ਕੀਤਾ ਜਾ ਰਿਹਾ। ਆ ਦੇਖ ਸਕਦੇ ਹੋ ਕਿ ਸ਼ਰਧਾਲੂ ਡੇਲੀ ਪਹੁੰਚਦੇ ਨੇ, ਉਹਨਾਂ ਦੀ ਸੇਫਟੀ ਵਾਸਤੇ ਇਹ ਸੰਗਤ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ। ਗੱਲਬਾਤ ਵੀ ਅਸੀਂ ਕਰਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ ਜੀ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸ। ਇਹ ਮੇਰਾ ਨਾਮ ਕੁਲਵੰਤ ਸਿੰਘ ਜੀ, ਅਜਨਾਲਾ। ਅਤੇ ਇਹ ਜਿਹੜੀ ਸੇਵਾ ਹੈ, ਹੁਣ ਕਿਉਂਕਿ ਬਰਸਾਤੀ ਮੌਸਮ ਆ ਗਿਆ, ਮੱਛਰ ਮੱਖੀ ਆਮ ਆ ਜਾਣਾ, ਹੁਣ ਇਹ 3 ਕੁ ਮਹੀਨੇ ਦੀ ਲੋੜ ਆ, ਅਤੇ ਉਹਦਾ ਉਹਨੂੰ ਮੁੱਖ ਰੱਖਦੇ ਹੋਏ ਆ ਸੰਗਤਾਂ ਦੀ ਸਹੂਲਤ ਵਾਸਤੇ। ਅਤੇ ਸੰਗਤ ਇਹ ਵੀ ਕਹਿੰਦੇ ਵੀ ਮੱਛਰ ਮੱਖੀ ਜਦੋਂ ਰਾਤ ਤੁਰੇ ਫਿਰਦਾ ਵੀ ਆ ਜਾਂਦਾ, ਅਤੇ ਉਹਦਾ ਕਰਕੇ ਸਾਰੇ ਦਰਬਾਰ ਸਾਹਿਬ ਸ਼ਹੀਦਾਂ ਵਾਲਾ ਇਲਾਕਾ ਜਿਹੜਾ ਸਾਰਾ, ਉਹ ਅਸੀਂ ਹਫ਼ਤੇ 'ਚ 2 ਦਿਨ ਜਿਹੜੀ ਹੈ ਸੇਵਾ ਕਰਾਂਗੇ ਸੰਗਤਾਂ ਦੇ ਸਹਿਯੋਗ ਦੇ ਨਾਲ। ਅਤੇ ਹਰਿਮੰਦਰ ਸਾਹਿਬ ਦੇ ਆਲੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਆਉਂਦੇ ਨੇ, ਇਸ ਜਗ੍ਹਾ ਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਕਈ ਜਗ੍ਹਾ ਤੋਂ ਬਰਸਾਤ ਮੌਸਮ ਕਰਕੇ ਪਾਣੀ ਬੜਾ ਖੜ੍ਹਦਾ ਅਤੇ ਲੋਕ ਬਿਮਾਰੀਆਂ ਨਾਲ ਲੈ ਕੇ ਜਾਣ, ਕਿਉਂਕਿ ਸਿਫਤੀ ਦਾ ਘਰ ਹੈ ਅੰਮ੍ਰਿਤਸਰ। ਅਤੇ ਬਿਲਕੁਲ ਜੀ, ਇੱਧਰ ਤਾਂ ਥੋੜ੍ਹਾ ਜਿਹਾ ਸਾਫ਼ ਸੁਥਰਾ ਮਾਹੌਲ ਆ, ਪਰ ਫਿਰ ਵੀ ਜਦੋਂ ਪਾਣੀ ਪੂਣੀ ਡੁੱਲਦਾ ਮੱਛਰ ਆਉਂਦਾ, ਅਤੇ ਜਦੋਂ ਆਪਾਂ 4 ਸਫੇਰਾ ਜਾਈਏ ਪਰਿਕਰਮਾ ਕਰੀਏ, ਉੱਧਰ ਬਹੁਤ ਗੰਦਗੀ ਕੂੜਾ ਕਰਕੇ ਉਹ ਵੀ ਪਿਆ ਹੁੰਦਾ, ਜਿਵੇਂ ਸ਼ਹੀਦਾਂ ਵਾਲਾ ਰਸਤਾ ਉੱਧਰ, ਅਤੇ ਇਹ ਸਾਰੇ ਫਿਰ ਇਸ ਸਹੂਲਤਾਂ ਨੂੰ ਮੁੱਖ ਰੱਖਦੇ। ਹੁਣ ਸ਼ੇਰਾਂ ਵਾਲਾ ਗੇਟ ਜਿਹੜਾ, ਉੱਧਰ ਵੀ ਮੱਛੀ ਮੱਖਰ ਆਮ ਹੀ ਤੁਹਾਨੂੰ ਦਿਸਣ ਨੂੰ ਮਿਲੂਗਾ। ਅਤੇ ਸਹੂਲਤਾਂ ਨੂੰ, ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ, ਅਤੇ ਕਈਆਂ ਸੰਗਤਾਂ ਦੀ ਮੰਗ ਵੀ ਹੈਗੀ ਸੀ ਵੀ ਇਹ ਜ਼ਰੂਰੀ ਆ, ਅਤੇ ਉਹਦੇ ਫਿਰ ਸੰਗਤਾਂ ਨੂੰ ਜਦੋਂ ਬੇਨਤੀ ਕੀਤੀ ਅਤੇ ਇਹਦਾ ਕੰਮ ਆਰੰਭ ਕਰ ਦਿੱਤਾ ਸੇਵਾ, ਜਿੱਥੇ ਰਾਤ ਸੰਗਤਾਂ ਝਾੜੂ ਦੀ ਸੇਵਾ ਕਰਦੀਆਂ ਨੇ,
ਤੇ ਉਹਦੇ ਨਾਲ ਨਾਲ ਫਿਰ ਇਹ ਸੇਵਾ ਆਰੰਭ ਕਰ ਦਿੱਤੀ। ਇਹ ਲੱਗਦਾ ਕਿ ਬਹੁਤ ਜ਼ਰੂਰੀ ਹੈਗਾ ਬਰਸਾਤੀ ਮੌਸਮ ਜਿੱਦਾਂ ਹੋ, ਬਹੁਤ ਜ਼ਰੂਰੀ ਆ, ਜਿਵੇਂ ਡੇਂਗੂ ਆ ਜਾਂਦਾ ਕਈ ਕੁਛ ਮੱਛਰ, ਤੇ ਰਾਤ ਸੰਗਤਾਂ ਨੂੰ ਦੇਖੋ ਤੁਸੀਂ ਰਾਤ ਨੂੰ ਬਾਹਰ ਹੀ ਸੌਂਦੀਆਂ ਜਿਹੜੀਆਂ ਕਈ ਆਮ ਸੰਗਤਾਂ ਨੇ, ਤੇ ਉਹਦੀ ਸਹੂਲਤ ਵਾਸਤੇ ਬਹੁਤ ਜ਼ਰੂਰੀ ਹੈ। ਦੋਨੋਂ ਟਾਈਮ ਜਿਹੜਾ ਕੀਤਾ ਜਾ ਰਿਹਾ ਜੀ? ਹਾਂਜੀ, ਰਾਤ ਨੂੰ ਸੇਵਾ ਸੰਗਤ ਸਫਾਈ ਦੀ ਕਰਦੀ ਆ, ਇਹ ਆਪਾਂ ਹਫ਼ਤੇ 'ਚ ਦੋ ਦਿਨ ਕਰਾਂਗੇ। ਜਿਹੜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਬਾਜ਼ਾਰ ਪੈਂਦੇ ਨੇ ਉਹਨਾਂ ਬਾਜ਼ਾਰਾਂ ਦੇ? ਹਾਂਜੀ, ਉਹਨਾਂ ਦੇ ਬਾਜ਼ਾਰਾਂ ਵਿੱਚ, ਸ਼ਹੀਦਾਂ ਵਾਲਾ ਵੀ, ਸਾਰੇ ਜਿੱਥੇ 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 ਸੰਗਤ ਦੀ ਆਵਾਜਾਈ ਆ ਉਹਨੂੰ ਮੁੱਖ ਰੱਖਦੇ ਆ ਪੂਰਾ ਆਪਾਂ ਸਾਰਾ ਇਹ। ਸੰਗਤ ਦਾ ਕਿੱਦਾਂ ਸਹਿਯੋਗ ਹੈ ਜੀ? ਤੇ ਸੰਗਤ ਦਾ ਅੱਜ ਆਰੰਭ ਕੀਤਾ ਵੈਸੇ ਸਹਿਯੋਗ, ਜੇ ਦੂਜੀ ਸਫਾਈ ਸੇਵਾ ਦਾ ਮਿਲਿਆ ਸਹਿਯੋਗ ਤੇ ਇਹ ਵੀ ਜ਼ਰੂਰ ਮਿਲੇਗਾ। ਇਹਦਾ ਕਹਿ ਲਓ ਵੀ ਇੱਕ ਪੜਾਅ ਦੇ ਵਿੱਚ 2500-3000 ਦਾ ਖਰਚਾ ਆ ਜਾਂਦਾ, 20-25 ਲੀਟਰ ਤੇਲ ਲੱਗਦਾ ਇਹਦਾ, ਤੇ ਦਵਾਈ ਜਿਹੜੀ ਆ ਉਹ 1500 ਦੀ ਦੂਜੀ ਬੋਤਲ ਆਉਂਦੀ ਜਿਹੜੀ ਵਿੱਚ ਵਧੀਆ ਪਾਈ ਦੀ ਵੀ ਸੰਗਤਾਂ ਨੂੰ ਉਹਦਾ ਕੋਈ ਮਾੜਾ ਅਸਰ ਨਾ ਹੋਵੇ। ਤੇ ਖਾਂਸੀ ਨੂੰ ਗੱਜਾ ਗੱਲ ਧੂੰਆਂ ਲੱਗਦਾ ਇਹ ਲੱਗਦਾ ਨਹੀਂ? ਕੋਈ ਨਹੀਂ ਹੋ ਗਿਆ, ਮੱਖੀ ਮੱਛਰ ਤੇ ਹੀ ਇਹ ਜਿਹੜੀ ਕਿ ਨਹੀਂ ਇਹ ਅਸਰ ਕਰਦੀ ਆ, ਮਤਲਬ ਸੰਗਤਾਂ 'ਚ ਕੋਈ ਨਹੀਂ ਇਹਦਾ ਹੋਣਾ। ਸੰਗਤ ਦੀ ਸੇਫਟੀ ਵਾਸਤੇ ਇਹ ਸੇਫਟੀ, ਹਾਂ ਬਹੁਤ ਵਧੀਆ ਸੀ ਸਾਰਾ ਕੁਛ, ਸਲਾਹ ਲੈ ਕੇ ਚੰਗੇ ਜਿਹੜੇ ਕਰਦੇ ਆ ਉਹਨਾਂ ਨੂੰ ਕਾਰਪੋਰੇਸ਼ਨ, ਤੇ ਫਿਰ ਆਪਾਂ ਆਰੰਭ ਕੀਤਾ ਵੀ ਸੰਗਤਾਂ ਨੂੰ ਕੋਈ ਇਹਦਾ ਮਾੜਾ ਅਸਰ ਨਾ ਹੋਵੇ। ਗੁਰੂ ਘਰਾਂ ਦੇ ਵਿੱਚੋਂ ਸ਼ੁਰੂਆਤ ਕੀਤੀ ਗਈ? ਹਾਂਜੀ, ਤੇ ਦਰਬਾਰ ਸਾਹਿਬ ਤੋਂ ਸ਼ਹੀਦਾਲੇ ਤੋਂ ਸ਼ੁਰੂਆਤ ਕੀਤੀ ਗਈ ਆ, ਤੇ 3 ਮਹੀਨੇ ਹੁਣ ਲਗਾਤਾਰ ਜਾਰੀ ਰਹਿ ਗਈ। ਕਿਉਂਕਿ ਅਪੀਲ ਕਰਨਾ ਚਾਹੋਗੇ, ਕਈ ਸੰਗਤ ਤੇ ਦੁਕਾਨਾਂ ਦੇ ਬਾਹਰ ਗੰਦ ਬੜਾ ਹੁੰਦਾ, ਲੱਗਦਾ ਕਿ ਆਪਣੀ ਸਫਾਈ ਰੱਖਣਗੇ ਤੇ ਮੱਛਰ ਤੋਂ ਬਚਾਅ ਹੋ ਸਕਦਾ? ਹਾਂਜੀ ਹਾਂਜੀ, ਜਿਹੜੇ ਦੁਕਾਨਦਾਰ ਆ ਨਾ ਅਸਲ ਇਹੋ ਹੀ ਥੋੜ੍ਹਾ ਜਿਹਾ ਧਿਆਨ ਰੱਖਣ ਤੇ ਬੜਾ ਕੁਛ ਹੋ ਸਕਦਾ। ਜਿਹੜੀ ਸੰਗਤ ਵੀ ਆ ਉਹ ਵੀ ਜਦੋਂ ਖਾ ਪੀ ਕੇ ਜਿਵੇਂ ਹੁਣ ਕੁਲਫੀਆਂ ਖਾ ਕੇ ਤੇ ਉੱਥੇ ਛਿੱਕੜ ਸੁੱਟ ਜਾਣੇ ਸਾਰਾ ਕੁਛ ਤੇ ਗੰਦਗੀ, ਉਹਦੇ ਨਾਲ ਵੀ ਇਹ ਅਸਰ ਪੈਂਦਾ ਹੀ ਆ, ਗੰਦਗੀ ਤੇ ਆਉਂਦੀ, ਮੱਛਰ ਤੇ ਆਉਣਾ ਹੀ ਆਉਣਾ। ਤੇ ਜਦੋਂ ਸਾਰੀ ਸੰਗਤ ਵੀ ਧਿਆਨ ਦੇਗੀ ਤੇ ਦੁਕਾਨਦਾਰ ਵੀ, ਤੇ ਮੇਰੇ ਖਿਆਲ 'ਚ ਬਹੁਤ ਉਪਰਾਲਾ ਵਧੀਆ ਹੋ ਸਕਦਾ ਤੇ ਇਹਦਾ ਸਹਿਯੋਗ ਵੀ ਮਿਲ ਸਕਦਾ। ਜਿਹੜੇ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਹੈਗੀਆਂ ਨੇ ਜਾਂ ਜੋੜਾ ਘਰ ਹੈਗੇ ਉੱਥੇ ਵੀ ਇਹ ਉੱਥੇ ਵੀ ਕਰਾਂਗੇ ਆਪਾਂ, ਆਪਣਾ ਸਰਾਵਾਂ ਦੇ ਮੈਨੇਜਰ ਸਾਹਿਬ ਆਏ ਸੀ ਨਾਲ ਉਦੋਂ, ਤੇ ਆਪਾਂ ਸਰਾਵਾਂ 'ਚ ਵੀ ਕਰਾਂਗੇ ਸਾਰਾ, ਜਿੱਥੇ ਵੀ ਸਾਨੂੰ ਹੁਕਮ ਹੋਵੇਗਾ ਅਸੀਂ ਉੱਥੇ ਇਹਨੂੰ ਲੈ ਲੈਣਾ ਚੁੱਕ ਕੇ। ਨੌਜਵਾਨ ਵੀ ਨਾਲ ਸੇਵਾ ਨਿਭਾ ਰਹੇ? ਇਹ ਨੌਜਵਾਨ ਪਿੰਡਾਂ ਤੋਂ ਆਉਂਦੇ ਆ ਜੀ, ਰਾਤ ਨੂੰ ਸੇਵਾ ਕਰਾ ਦਿਨੇ, ਮੈਂ ਬੇਨਤੀ ਕੀਤੀ ਵੀ ਤੁਸੀਂ ਸੇਵਾ ਕਰਦੇ ਦਿਨੇ ਆ ਕੇ ਹੁਣ। ਹਾਂਜੀ, ਤੇ ਸੰਗਤਾਂ ਦਾ ਬਹੁਤ ਪਿੰਡਾਂ 'ਚ ਬਹੁਤ ਸਹਿਯੋਗ ਆ, ਹੱਥੀਂ ਸੇਵਾ ਕਰਨ ਨੂੰ ਤਤਪਰ ਰਹਿੰਦੀਆਂ ਗੁਰੂ ਰਾਮਦਾਸ ਦੇ ਚਰਨਾਂ ਨੂੰ। ਮਾੜੀ ਜੀ ਆਵਾਜ਼ ਦਿਓ ਤੇ ਭਾਵੇਂ ਹੁਣੇ 150 ਜੀ ਅੱਜ ਸੇਵਾ ਕਰਨਾ। ਹਾਂਜੀ, ਸਿੱਧੀ ਦਾ ਘਰ ਅੰਮ੍ਰਿਤ ਸਾਹਿਬ ਗੁਰੂ ਦਾ ਘਰ ਆ, ਕਹਿ ਲਓ ਵੀ ਇਹ ਗੁਰੂ ਰਾਮਦਾਸ ਦੇ ਚਰਨਾਂ 'ਚ ਨਾਂ ਲੈਦੇ ਤੇ ਸੰਗਤਾਂ ਦਾ ਹੜ ਹੀ ਆ ਜਾਂਦਾ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਨਾਮ ਜੁਝਾਰਜੀਤ ਸਿੰਘ ਆ ਜੀ। ਦੇਖ ਰਹੋ ਜੀ ਇਹ ਪਰਾਲਾ ਜਿਹੜਾ ਕੀਤਾ ਗਿਆ ਜੀ। ਵੇਖੋ ਜੀ, ਬਾਬਾ ਕੁਲਵੰਤ ਸਿੰਘ ਜੀ ਵੱਲੋਂ ਅੱਗੇ ਵੀ ਬੜੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਜੋ ਕਿ ਜਿਹੜਾ ਵਾ ਸ਼ਲਾਘਾਯੋਗ ਨੇ, ਅਤੇ ਮੈਂ ਦਰਬਾਰ ਸਾਹਿਬ ਵਿਖੇ ਡਿਊਟੀ ਕਰਦਾ ਵਾਂ, ਅਤੇ ਸਰਦਾਰ ਸਾਡੇ ਇੰਚਾਰਜ ਸਾਹਿਬ ਸਰਦਾਰ ਹਰਜੀਤ ਸਿੰਘ ਭਾਈ ਗੁਰਦਾਸ ਸਾਹਿਬ ਵੱਲੋਂ ਅਤੇ ਹੰਸਲੀ ਦੇ ਵੀ ਉਹਨਾਂ ਨੂੰ ਸਾਰਾ ਕਾਰਯਭਾਰ ਉਹਨਾਂ ਕੋਲ ਆ, ਉਹਨਾਂ ਨੇ ਮੇਰੀ ਡਿਊਟੀ ਲਗਾਈ ਸੀ ਬਾਬਾ ਜੀ ਦੇ ਨਾਲ ਕਿ ਬਾਬਾ ਜੀ ਦੇ ਨਾਲ ਤੁਸੀਂ ਸੇਵਾ ਕਰਾਓ ਇੱਥੇ ਸਾਰੇ ਜਿੱਥੇ ਆਰੰਭ ਕਰਾਉਣੀ ਆ ਉੱਥੇ ਕੋਈ ਮੁਸ਼ਕਲ ਨਾ ਆਵੇ, ਤਾਂ ਜੋ ਕੋਈ ਮੁਸ਼ਕਲ ਨਾ ਆਵੇ, ਇਸ ਕਰਕੇ ਜੀ ਮੈਂ ਨਾਲ ਹੈ ਜੀ। ਬਹੁਤ ਜ਼ਰੂਰੀ ਆ ਜੀ। ਵੇਖੋ, ਡੇਂਗੂ ਮਲੇਰੀਆ ਪਿਛਲੇ ਸਾਲ ਮੈਨੂੰ ਵੀ ਚਿਕਨ ਗੁੜੀਆਂ ਹੋ ਗਿਆ ਸੀਗਾ ਜੀ, ਦੇਖੋ ਉਹਦੇ ਉਹ ਅਜੇ ਤੱਕ ਜਿਹੜੀਆਂ ਉਹ ਦਰਦਾਂ ਸਰੀਰਾਂ 'ਚ ਜਾਂਦੀਆਂ ਨੇ ਜੀ, ਤੇ ਇਹ ਤਾਂ ਬਹੁਤ ਵੱਡਾ ਉਪਰਾਲਾ ਜੀ, ਕੋਈ ਮਾੜੀ ਮੋਟੀ ਗੱਲ ਨੀ ਜੀ। ਜੀ ਕੌਸ਼ਿਕ ਜੈਨ ਹੈ, ਰਾਜਸਥਾਨ ਸੇ ਆਏ, ਉਦੈਪੁਰ ਜੀ ਰਾਜਸਥਾਨ। ਸਭ ਤੋਂ ਪਹਿਲੇ ਅੰਮ੍ਰਿਤਸਰ ਪਹੁੰਚ, ਬਹੁਤ ਅੱਛਾ ਲਗਾ, ਯਹਾਂ ਪੇ ਸ਼ਨੀਦੇਵ ਕਾ ਮੰਦਿਰ ਦੇਖਾ, ਜੈਨ ਮੰਦਿਰ ਵੀ ਹੈ ਯਹਾਂ ਪੇ ਪਾਸ ਮੇ ਹੀ, ਔਰ ਬਹੁਤ ਅੱਛਾ ਲਗਾ, ਪੂਰਾ ਗੋਲਡਨ ਟੈਂਪਲ ਘੁੰਮੇ, ਔਰ ਸੇਵਾ ਨਿਭਾਈ ਜਾ ਰਹੀ, ਬਹੁਤ ਬਹੁਤ ਅੱਛੀ ਸੇਵਾ ਕਰਤੇ ਹੈ ਹਮਾਰਾ ਸਿੱਖ ਭਾਈ, ਕਿਨਾ ਮਤਲਬ ਉਹ ਸਭੀ ਰਿਸਪੈਕਟ ਕਰਤੇ ਹੈ,
मुझे कहीं टाइम की कमी थी तो उन्होंने मुझे आगे ले जाके भी अच्छा उनका सब दर्शन वगैरह करा दिया। बहुत अच्छे अच्छे लोग है सिख भाई। तो मेरे पहली बार पंजाब आने का काम पड़ा, अच्छा, तो पहली बार पंजाब आने का पड़ा। बहुत अच्छा, बहुत अच्छा एक भाईचारा लगा लोगों का और बहुत सम्मान देते हैं ये लोग, बहुत अच्छा लगा। ये हरिमंदर साहब जाने वाला रस्ता है कि जिथे लखा की गिनती के श्रद्धालु पहुंचते ने, पर उत्थे ही इन्हां गुरसिख दे वल्लों एक उपराला जिहड़ा कीता गया वा कि जिथे उन्हां दे वल्लों जिहड़ी सेवा निभाई जा रही आ, क्योंकि डेंगू मच्छर बहुत ज़्यादा फैल लैंदे आ, तो उस चीज़ नूं वेखदे होया इन्हां दे वल्लों जगह जगह के उपर उपराले जिहड़ा कीता जा रहा वा, क्योंकि कई होस्पिटलों के बच्चे बजुर्ग बड़े बीमार होंदे पए ने इन्हां डेंगू मलेरिया करके, तो इस संस्था के वल्लों जिहड़ा ये उपराला जिहड़ा कीता जा रहा वा। जिस तों कि IGPC ਦੇ ਵੱਲੋਂ ਵੀ ਸਹਿਯੋਗ ਪੂਰਾ ਇਸ ਸੰਸਥਾ ਦਾ ਜਿਹੜਾ ਕੀਤਾ ਜਾ ਰਿਹਾ, ਅਤੇ ਅੱਜ ਅੰਮ੍ਰਿਤਸਰ ਦੇ ਆਲੇ ਦੁਆਲੇ ਜਾਂ ਅੰਮ੍ਰਿਤਸਰ ਦੇ ਜਾਣ ਵਾਲੇ ਰਸਤਿਆਂ ਦੇ ਵਿੱਚ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਵਾ, ਕਿਉਂਕਿ ਮੱਛਰ ਡੇਂਗੂ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਇਹ ਜਿਹੜੀ ਸਪਰੇਅ ਜਿਹੜੀ ਕੀਤੀ ਜਾ ਰਹੀ ਆ। ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।